ਭਾਜੀ ਤੁਹਾਨੂੰ ਪਛਾਣਿਆ ਨਹੀਂ? ਨਹੀਂ, ਮੈਂ ਉਦੋਂ ਨਿਕਲ ਗਿਆ ਸਾਂ। ਐ ਹੀ ਜਿਹੜਾ ਨਿਕਲ ਗਿਆ ਸੀ ਇਹਦੇ ਵਿਆਹ ਦੀ ਜਿਹਨੇ ਵੀਡੀਓ ਫਿਲਮ ਬਣਾਈ ਨਾ, ਉਹਦੇ ਗੋਡੇ ਥੱਲੇ ਗਏ ਗਰੀਬ ਐਂ ਤੇ ਬਣਾਈ ਸਾਰੀ। ਕਪਿਲ ਸ਼ਰਮਾ, ਕਿੰਨੀ ਵਾਰੀ ਤੈਨੂੰ ਉਹਨੇ ਕਿਹਾ ਕਿ ਮੇਰੇ ਸ਼ੋਅ 'ਚ ਨਾ ਆਈ? ਆਹੋ ਮੈਡਮ, ਸਭ ਤੋਂ ਪਹਿਲੇ ਨਾ ਮੇਰਾ ਦਾਗ ਧੋਣਾ ਜੀ। ਮੇਰੀ ਗੱਲ ਸੁਣੋ ਜੀ। ਜੀ ਜੀ, ਦੇਖੋ ਤੁਹਾਡਾ ਨਿੱਕਾ ਜਿੰਨਾ ਦਾਗ ਹੈ, ਧੋ ਕੇ ਕੀ ਕਰੋਗੇ? ਹਾਂਜੀ, ਉਹ ਉੱਥੇ ਉੱਥੇ ਹੁਣ ਦਾਗ ਵੀ ਨਹੀਂ ਗਾ, ਸਿਰਫ ਲਿਖਿਆ ਕਿ ਕਦੀ ਇੱਥੇ ਦਾਗ ਹੁੰਦਾ ਸੀ। ਵੈਸੇ ਤੁਸੀਂ ਸਾਨੂੰ ਪਸੰਦ ਆਏ ਹੋ, ਖੂਬਸੂਰਤ ਲੱਗਿਆ, ਇਹ ਤਰ੍ਹਾਂ ਟੁਰ ਕੇ ਆਏ ਨੂੰ ਤੇ ਜਾਓ। ਬੱਲੇ ਬੱਲੇ ਟੁਰਦੀ ਪਿੱਛੋਂ ਇੰਝ ਲੱਗਦਾ ਦੋ ਬੰਦੇ ਆਪਸ 'ਚ ਚੁਗਲੀਆਂ ਕਰ ਰਹੇ ਨੇ। ਤੁਹਾਡੀ ਇਜਾਜ਼ਤ ਹੋਵੇ ਵਿੱਚ ਇੱਕ ਬੰਦਾ ਹੋਰ ਦੇਖ ਕੇ ਸੁਲਾਹ ਕਰਾ ਦਈਏ। ਤੇਰੀ ਇਸ ਗੱਲ ਨੇ ਮੇਰਾ ਕਲੇਜਾ ਪਾੜ ਦਿੱਤਾ ਮੁਟਿਆਰੇ। ਅੱਲਾ ਮੈਨੂੰ ਮਾਫ਼ ਕਰ ਦੇ, ਮੈਨੂੰ ਕੋਈ ਹੱਕ ਨਹੀਂ ਗਾ ਕਿਸੇ ਮਜਬੂਰ ਦਾ ਦਿਲ ਦੁਕਾਨ ਦਾ। ਪਤਾ ਨਹੀਂ ਤੇਰੇ ਮਾਂ ਪਿਓ ਨੇ ਕੀ ਸੋਚ ਕੇ ਤੈਨੂੰ ਸਰਫ ਵੇਚਣ ਦੇ ਕੰਮ ਤੇ ਪਾਇਆ। ਮੈਨੂੰ ਮਾਫ਼ ਕਰ ਦੇ, ਮਾਫ਼ ਕਰ ਦੇ, ਮਾਫ਼ ਕਰ ਦੇ। ਇਹ ਫਿਰ ਰੌਲਾ ਪਾਵੇ ਮੇਰਾ ਚਿੱਟਾ ਸੀ, ਮੈਨੂੰ ਕਾਲਾ ਫੜਾਉਣ ਦੇ।